ਸੋਚ ਨਵਾਇਆ ਗਾਸ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼ ਪਰਮੇਸ਼ਰ ਜੀ ਕਹਿੰਦੇ ਮਤ ਸੋਚ ਕਿ ਤੇਰਾ ਸੁਪਨਾ ਕਿਉਂ ਨਹੀਂ ਪੂਰਾ ਹੋਇਆ ਕਈ ਵਾਰੀ ਅਸੀਂ ਕਹਿੰਦੇ ਮੇਰਾ ਆਹ ਚੰਗਾ ਸੁਪਨਾ ਸੀ ਚੰਗਾ ਸੁਪਨਾ ਤੇ ਪੂਰਾ ਹੋਇਆ ਨਹੀਂ ਮਤ ਸੋਚ ਕਿ ਤੇਰਾ ਸੁਪਨਾ ਕਿਉਂ ਨਹੀਂ ਪੂਰਾ ਹੋਇਆ ਹਿੰਮਤ ਵਾਲਿਆਂ ਦੇ ਇਰਾਦੇ ਕਦੀ ਅਧੂਰੇ ਨਹੀਂ ਹੁੰਦੇ ਸੁਣਿਓ ਹਿੰਮਤ ਵਾਲਿਆਂ ਦੇ ਇਰਾਦੇ ਕਦੀ ਅਧੂਰੇ ਨਹੀਂ ਹੁੰਦੇ ਤੇ ਜਿਸ ਇਨਸਾਨ ਦੇ ਅੱਛੇ ਕਰਮ ਨੇ ਜਿਸ ਬੰਦੇ ਦੇ ਨੇਕ ਕਰਮ ਨੇ ਉਹਦੇ ਜੀਵਨ ਦੇ ਵਿੱਚ ਕਦੀ ਵੀ ਹਨੇਰੇ ਨਹੀਂ ਜੇ ਹੁੰਦੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਰਮ ਅੱਛੇ ਕਰੋ ਨੇਕ ਇਨਸਾਨ ਬਣੋ ਮੈਂ ਬਹੁਤ ਵਾਰੀ ਇਹ ਬੇਨਤੀ ਕਰਦਾ ਪਿਆਰਿਓ ਅਸੀਂ ਸਿੱਖ ਬਾਅਦ ਚੋਂ ਆ ਹਿੰਦੂ ਬਾਅਦ ਚੋਂ ਆ ਮੁਸਲਮਾਨ ਬਾਅਦ ਚੋਂ ਆ ਈਸਾਈ ਬਾਅਦ ਚੋਂ ਆ ਕੋਈ ਵੀ ਧਰਮ ਹੈ ਅਸੀਂ ਬਾਅਦ ਚੋਂ ਆ ਪਹਿਲੇ ਚੰਗੇ ਬੰਦੇ ਤੇ ਬਣੋ ਨੇਕ ਇਨਸਾਨ ਤੇ ਬਣੋ ਜਦੋਂ ਨੇਕ ਇਨਸਾਨ ਬਣਾਂਗੇ ਅੱਛੇ ਕਰਮ ਕਰਾਂਗੇ ਤੇ ਜਿਹੜਾ ਬੰਦਾ ਅੱਛੇ ਕਰਮ ਕਰਦਾ ਉਹਦੇ ਜੀਵਨ ਦੇ ਵਿੱਚ ਕਦੀ ਵੀ ਹਨੇਰਾ ਨਹੀਂ ਹੁੰਦਾ ਆਹ ਕੁਝ ਸਮੇਂ ਲਈ ਜੇ ਬੱਦਲ ਆ ਗਏ ਸੂਰਜ ਦੇ ਅੱਗੇ ਟੈਨਸ਼ਨ ਨਹੀਂ ਸੂਰਜ ਨੂੰ ਪਤਾ ਬੱਦਲਾਂ ਨੇ ਅੱਜ ਨਹੀਂ ਤੇ ਕੱਲ ਹਟ ਹੀ ਜਾਣਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਚੰਗੇ ਕਰਮ ਕਰਦਿਆਂ ਸੱਚਾਈ ਦੇ ਰਸਤੇ ਤੇ ਤੁਰਦਿਆਂ ਕੁਝ ਰੁਕਾਵਟਾਂ ਆ ਗਈਆਂ ਨਾ ਬੰਦੇ ਨੂੰ ਟੈਨਸ਼ਨ ਨਹੀਂ ਕੋਈ ਹੁੰਦੀ ਜਿਹੜਾ ਸੱਚਾ ਹੈ ਜਿਹਦੇ ਕਰਮ ਸਹੀ ਨੇ ਜਿਹੜਾ ਹਰ ਵੇਲੇ ਉਹਦੇ ਹੁਕਮ 'ਚ ਤੁਰਦਾ ਜਿਹਨੂੰ ਪਤਾ ਹੈ ਮੈਂ ਇੱਕ ਕਦਮ ਵੀ ਜੇ ਪੁੱਟ ਰਿਹਾ ਨਾ ਉਹਦੇ ਹੁਕਮ 'ਚ ਪੁੱਟ ਰਿਹਾ ਜੋ ਵੀ ਮੈਂ ਕਰ ਰਿਹਾ ਉਹਦੇ ਹੁਕਮ 'ਚ ਕਰ ਰਿਹਾ ਹੈਂਜੀ ਉਹਦੇ ਹੁਕਮ ਤੋਂ ਬਿਨਾਂ ਤਾਂ ਮੈਂ ਸਾਹ ਵੀ ਨਹੀਂ ਲੈ ਸਕਦਾ ਜਿਹਦੇ ਕਰਮ ਚੰਗੇ ਨੇ ਜਿਹੜਾ ਇੱਦਾਂ ਦੀ ਸੋਚ ਰੱਖਦਾ ਆਪਣੇ ਮਾਲਕ ਦੇ ਉੱਤੇ ਭਰੋਸਾ ਰੱਖਦਾ ਉਹਦੀ ਲਾਈਫ ਵਿੱਚ ਕਿਤੇ ਰੁਕਾਵਟ ਆ ਵੀ ਜਾਂਦੀ ਨਾ ਉਹ ਟੈਨਸ਼ਨ ਨਹੀਂ ਰੱਖਦਾ ਉਹਨੂੰ ਪਤਾ ਹੈ ਰੁਕਾਵਟ ਪਾਉਣ ਵਾਲੇ ਵੱਡੇ ਨਹੀਂ ਰੁਕਾਵਟਾਂ ਤੋਂ ਬਚਾਉਣ ਵਾਲਾ ਵੱਡਾ ਨਾਲ ਹੀ ਹੈ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਔਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਆਪ ਨੂੰ ਨਾ ਇੰਨਾ ਆਤਮਕ ਅਡੋਲਤਾ ਦੇ ਵਿੱਚ ਲੈ ਚੱਲੋ ਇੰਨੇ ਅਡੋਲ ਬਣ ਜਾਓ ਅਡੋਲਤਾ ਦੇਵੇਗੀ ਬਾਣੀ ਅਡੋਲਤਾ ਦੇਵੇਗਾ ਨਿਤਨੇਮ ਅਡੋਲਤਾ ਦੇਵੇਗਾ ਕੀਰਤਨ ਅਡੋਲਤਾ ਦੇਵੇਗੀ ਕਥਾ ਅਡੋਲਤਾ ਦੇਵੇਗਾ ਤੇਰਾ ਰੋਜ਼ ਦਾ ਸੁਣਿਆ ਹੋਇਆ ਸਤਸੰਗ ਅਡੋਲਤਾ ਤੈਨੂੰ ਦੇਵੇਗੀ ਸੇਵਾ ਅਡੋਲਤਾ ਦੇਵੇਗੀ ਵੱਡੇ ਦੀ ਅਸੀਸ ਅਡੋਲਤਾ ਤੈਨੂੰ ਦੇਵੇਗੀ ਸੰਗਤ ਦੀ ਅਸੀਸ ਅਡੋਲਤਾ ਦੇਵੇਗੀ ਮਹਾਂਪੁਰਖਾਂ ਦੀ ਸੰਗਤ ਸੁਣਿਓ ਆ ਸ਼ਹੀਦ ਸਿੰਘਾਂ ਦੀ ਸੰਗਤ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਪਣੀ ਆਤਮਾ ਨੂੰ ਇੰਨਾ ਅਡੋਲ ਕਰ ਲਓ ਆਪਣੇ ਅੰਦਰ ਇਹ ਫੀਲਿੰਗ ਲਿਆਇਆ ਕਰੋ ਮੇਰੀ ਆਤਮਾ ਬੜੀ ਸ਼ਕਤੀਸ਼ਾਲੀ ਹੈ ਤੇ ਇਹ ਕੋਈ ਮਸ਼ੀਨ ਨਹੀਂ ਮੇਰੀ ਆਤਮਾ ਮੈਂ ਕੋਈ ਮਸ਼ੀਨ ਨਹੀਂ ਕਿ ਜਿਹੜਾ ਵੀ ਆਇਆ ਉਹਨੇ ਬਟਨ ਦਬਾਇਆ ਤੇ ਮੈਂ ਗੁੱਸਾ ਹੋ ਗਿਆ ਕਿਸੇ ਨੇ ਬਟਨ ਦਬਾਇਆ ਤੇ ਮੈਂ ਪਰੇਸ਼ਾਨ ਹੋ ਗਿਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰਾ ਬਟਨ ਕਿਸੇ ਨੇ ਨੱਪਿਆ ਮੈਂ ਟੈਨਸ਼ਨ ਵਿੱਚ ਆ ਗਿਆ ਮੇਰਾ ਬਟਨ ਕਿਸੇ ਨੇ ਨੱਪਿਆ ਮੈਨੂੰ ਗੁੱਸਾ ਚੜ੍ਹਨਾ ਸ਼ੁਰੂ ਹੋ ਗਿਆ ਮੈਂ ਪਰੇਸ਼ਾਨ ਹੋਣਾ ਸ਼ੁਰੂ ਹੋ ਗਿਆ ਨਹੀਂ ਮੈਂ ਸ਼ਕਤੀਸ਼ਾਲੀ ਆਤਮਾ ਵਾਂ ਕੋਈ ਵੀ ਆਵੇ ਕੋਈ ਵੀ ਬਟਨ ਦਬਾਉਣ ਦੀ ਕੋਸ਼ਿਸ਼ ਕਰੇ ਉਹਦੇ ਦਬਾਏ ਹੋਏ ਬਟਨ ਦੇ ਨਾਲ ਨਾ ਤਾਂ ਮੈਨੂੰ ਗੁੱਸਾ ਚੜ੍ਹਨਾ ਨਾ ਮੈਂ ਪਰੇਸ਼ਾਨੀ ਦੇ ਵਿੱਚ ਜਾਣਾ ਮਨ ਨੂੰ ਸ਼ਾਂਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਆਹ ਤਰੀਕਾ ਸੁਣ ਲਓ ਪਹਿਲਾ ਤਰੀਕਾ ਸੁਣਿਆ ਆਪਣੇ ਆਪ ਨੂੰ ਬਦਲਣਾ ਆਹ ਦੂਜਾ ਤਰੀਕਾ ਮਨ ਨੂੰ ਸ਼ਾਂਤ ਕਰਨ ਦਾ ਇੱਕ ਤਰੀਕਾ ਹੈ ਨੋ ਰਿਪਲਾਈ
ਜੇ ਕੋਈ ਤੁਹਾਨੂੰ ਗੁੱਸਾ ਚੜ੍ਹਾਉਣ ਦੀ ਕੋਸ਼ਿਸ਼ ਕਰਦਾ ਨੋ ਰਿਪਲਾਈ, ਤੁਹਾਨੂੰ ਕੋਈ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਨੋ ਰਿਪਲਾਈ, ਨਾ ਮੂੰਹ ਤੋਂ ਤੇ ਨਾ ਹੀ ਮਨ ਤੋਂ। ਆਖੋ ਧੰਨ ਗੁਰੂ ਰਾਮਦਾਸ ਜੀ, ਨਾ ਹੀ ਮੂੰਹ ਤੋਂ ਰਿਪਲਾਈ ਦੇਣਾ ਤੇ ਨਾ ਹੀ ਮਨ ਤੋਂ। ਉਹਦੇ ਕਰਮ ਨੇ ਉਹ ਕਰ ਰਿਹਾ, ਮੈਂ ਆਪਣੇ ਕਰਮ ਚੰਗੇ ਕਰਨੇ ਨੇ, ਉਹਦੇ ਕਰਮ ਉਹਦੇ ਕਰਮਾਂ ਦਾ ਲੇਖਾ ਉਹਨੂੰ ਦੇਣਾ ਪੈਣਾ ਤੇ ਮੇਰੇ ਕਰਮਾਂ ਦਾ ਲੇਖਾ ਮੈਨੂੰ ਦੇਣਾ ਪੈਣਾ। ਹਾਂਜੀ, ਕਰਮੀ ਆਪੋ ਆਪਣੀ, ਸਾਰੇ ਬੋਲੋ ਕਰਮੀ ਆਪੋ ਆਪਣੀ, ਕੇ ਨੇੜੇ ਕਹਿ ਦੂਰ। ਲੇਖਾ ਤੇ ਆਪਣਾ ਆਪਣਾ ਹੈ, ਆਪਣਾ ਆਪਣਾ। ਤੇ ਮੈਂ ਦੂਜੇ ਦੇ ਮਾੜੇ ਕਰਮਾਂ ਕਰਕੇ ਆਪਣੇ ਕਰਮ ਕਿਉਂ ਖਰਾਬ ਕਰਾਂ? ਹਾਂਜੀ, ਮੈਂ ਦੂਜੇ ਦੇ ਕਰਕੇ ਆਪਣੇ ਕਰਮ ਕਿਉਂ ਖਰਾਬ ਕਰਾਂ? ਮੈਂ ਕਿਉਂ ਆਪਣੇ ਰਸਤੇ ਦੇ ਵਿੱਚ ਕੰਢੇ ਬੀਜਾਂ? ਜਿਹੜਾ ਜੋ ਮਰਜ਼ੀ ਕਰਮ ਕਰ ਰਿਹਾ, ਮੈਂ ਕਿਸੇ ਨੂੰ ਰਿਪਲਾਈ ਨਹੀਂ ਕਰਨਾ, ਨਾ ਮੂੰਹ ਤੋਂ ਤੇ ਨਾ ਹੀ ਮਨ ਤੋਂ। ਵੇਖਿਓ, ਆਹ ਮਨ ਸ਼ਾਂਤ ਹੋਣ ਲੱਗ ਪਏਗਾ। ਥੋੜ੍ਹੇ ਦਿਨਾਂ ਲਈ ਪਰੇਸ਼ਾਨੀ ਆਏਗੀ, ਪਰ ਬੰਦਾ ਉਸ ਤੋਂ ਬਾਅਦ ਟਿਕ ਜਾਂਦਾ, ਯਾਰ ਕੋਈ ਨਹੀਂ, ਇਹਦਾ ਤੇ ਸੁਭਾਅ ਹੀ ਇੱਦਾਂ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਾਬਾ ਹੁਣ ਤੂੰ ਜਾਣ ਤੇ ਪਰੇਸ਼ਾਨ ਕਰਨ ਵਾਲੇ ਜਾਣਨ, ਮੈਂ ਤੇ ਦਿੱਤਾ ਹੀ ਸਭ ਕੁਝ ਤੈਨੂੰ ਹੈ। ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਕੀਰਤਨ ਵੀ ਤੇਰਾ, ਕਥਾ ਵੀ ਤੇਰੀ, ਸੇਵਾ ਵੀ ਤੇਰਾ, ਸਿਮਰਨ ਵੀ ਤੇਰਾ, ਸਭ ਕੁਝ ਹੈ ਹੀ ਤੇਰਾ। ਪਰਿਵਾਰ ਵੀ ਤੇਰਾ, ਆ ਜੱਠਾ ਵੀ ਤੇਰਾ, ਆ ਸੰਗਤਾਂ ਵੀ ਤੇਰੀਆਂ। ਜਦੋਂ ਹੈ ਹੀ ਸਭ ਕੁਝ ਤੇਰਾ, ਕਬਜ਼ਾ ਮੇਰਾ ਹੈ ਹੀ ਨਹੀਂ, ਤੇ ਟੈਨਸ਼ਨ ਫਿਰ ਮੈਨੂੰ ਕਾਹਦੀ, ਫਿਰ ਟੈਨਸ਼ਨ ਕਾਹਦੀ? ਜੇ ਸਭ ਕੁਝ ਹੈ ਹੀ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਰ ਕਈਆਂ ਦਾ ਹਾਲ ਇਹ ਹੁੰਦਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ। ਪਰ ਬਾਬਾ ਕਬਜ਼ਾ ਮੇਰਾ, ਉਦਾਂ ਸਭ ਕੁਝ ਤੇਰਾ, ਪਰ ਕਬਜ਼ੇਦਾਰ ਤੇ ਮੈਂ ਹੀ ਹਾਂ। ਇਹਦਾ ਨਹੀਂ, ਅੰਦਰੋਂ ਬਾਹਰੋਂ ਇੱਕ ਹੋ ਕੇ ਕਿਹਾ ਕਰੋ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ। ਇਹ ਮੇਰੀ ਬੇਨਤੀ ਹੈ। ਫਿਰ ਵੇਖਿਓ ਕਿੰਨਾ ਮਨ ਸ਼ਾਂਤ ਹੋਏਗਾ। ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣ, ਜਿੰਨੇ ਮਰਜ਼ੀ ਪਰੇਸ਼ਾਨ ਕਰਨ ਵਾਲੇ ਆ ਜਾਣ, ਕਿਸੇ ਕੀਮਤ ਤੇ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰਮੇਸ਼ਰ ਸਾਈਂ ਕਹਿੰਦੇ ਨੇ, ਤੂੰ ਸਾਰਾ ਕੁਝ ਮੈਨੂੰ ਸੌਂਪ ਦੇ, ਸਾਰਾ ਦਰਦ। ਜੇ ਕੋਈ ਦਰਦ ਦੇਂਦਾ, ਤੂੰ ਆਪਣੇ ਤੇ ਲੈ ਹੀ ਨਾ ਕਹਿ, ਬਾਬਾ ਤੇਰਾ ਦਰਦ, ਮੈਂ ਜੋ ਤੇਰਾ, ਤੇ ਮੇਰਾ ਦਰਦ ਕਿਹਦਾ? ਤੇਰਾ। ਮੇਰੇ ਸੁੱਖ ਕਿਹਦੇ ਨੇ? ਤੇਰੇ ਨਾ। ਮੇਰੇ ਦੁੱਖ ਫਿਰ ਕਿਹਦੇ ਹੋਏ? ਤੇਰੇ, ਤੇਰੇ ਹੀ ਹੋਏ। ਜੇ ਮੈਂ ਹੀ ਤੇਰਾ, ਮੇਰੇ ਦੁੱਖ ਕਿਹਦੇ? ਉੱਚੀ ਬੋਲੋ, ਕਿਹਦੇ ਨੇ ਦੁੱਖ? ਮੇਰੇ ਸੁੱਖ ਕਿਹਦੇ? ਤੇਰੇ। ਮੇਰੀਆਂ ਪਰੇਸ਼ਾਨੀਆਂ ਕਿਹਦੀਆਂ? ਤੇਰੀਆਂ। ਮੇਰੇ ਦਰਦ ਕਿਹਦੇ? ਤੇਰੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰਮੇਸ਼ਰ ਕਹਿੰਦੇ, ਤੂੰ ਸਭ ਕੁਝ ਮੈਨੂੰ ਸੌਂਪ ਦੇ, ਸਾਰਾ ਦਰਦ, ਸਾਰੀ ਪਰੇਸ਼ਾਨੀ, ਬਿਲਕੁਲ ਹਲਕੇ ਫੁਲਕੇ ਹੋ ਕੇ ਮੈਨੂੰ ਤੂੰ ਯਾਦ ਕਰ। ਇੱਕ ਗੱਲ ਚੇਤੇ ਵਿੱਚ ਰੱਖੀ, ਜਦੋਂ ਤੂੰ ਹਲਕਾ ਫੁਲਕਾ ਹੋ ਕੇ ਸਾਰੇ ਦਰਦ ਮੈਨੂੰ ਸੌਂਪ ਕੇ, ਸਾਰੀਆਂ ਪਰੇਸ਼ਾਨੀਆਂ ਮੈਨੂੰ ਸੌਂਪ ਕੇ ਤੂੰ ਮੈਨੂੰ ਯਾਦ ਕਰਨਾ ਸ਼ੁਰੂ ਕਰੇਗਾ ਨਾ, ਹੌਲੀ ਹੌਲੀ ਤੇਰਾ ਜੀਵਨ ਮੈਂ ਖੁਸ਼ੀਆਂ ਦੇ ਨਾਲ ਭਰਨ ਲੱਗ ਪਵਾਂਗਾ। ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਮਾਈਂਡ ਫ੍ਰੀ ਹੋ ਕੇ ਜੀਵੋ, ਟੈਨਸ਼ਨ ਫ੍ਰੀ ਹੋ ਕੇ ਜੀਵੋ। ਜਿਹਨੇ ਹੁਣ ਤੱਕ ਸੰਭਾਲਿਆ, ਅੱਗੇ ਵੀ ਉਹਨੇ ਸੰਭਾਲਣਾ, ਜੇ ਅੱਗੇ ਵੀ ਉਹਨੇ ਸੰਭਾਲਣਾ। ਜਿਹਨੇ ਹੁਣ ਤੱਕ ਤੁਹਾਡੀ ਪਿੱਠ ਨਹੀਂ ਲੱਗਣ ਦਿੱਤੀ, ਹੁਣ ਤੱਕ ਤੁਹਾਡੀ ਕਿਤੇ ਬੇਪਤੀ ਨਹੀਂ ਹੋਣ ਦਿੱਤੀ, ਅੱਗੇ ਵੀ ਉਹਨੇ ਹੀ ਇੱਜ਼ਤ ਦੀ ਰਾਖੀ ਕਰਨੀ ਹੈ। ਬਸ ਉਹਦੇ ਉੱਤੇ ਭਰੋਸਾ ਰੱਖੋ, ਹਰ ਵੇਲੇ ਉਹਦੇ ਮਾਣ ਦੇ ਵਿੱਚ ਫਿਰਿਆ ਕਰੋ, ਉਹਦੇ ਭਰੋਸੇ ਵਿੱਚ ਫਿਰਿਆ ਕਰੋ। ਲੋਕੀ ਕਹਿਣਗੇ ਕੋਈ ਨਹੀਂ ਹੈ ਤੇ ਹੰਕਾਰੀ, ਹੰਕਾਰੀ ਨਹੀਂ, ਹੰਕਾਰੀ ਨਹੀਂ।
ਜਿਹੜਾ ਗੁਰੂ ਨਾਲ ਪਿਆਰ ਕਰਦਾ ਉਹਨੂੰ ਆਪਣੇ ਆਪ 'ਤੇ ਭਰੋਸਾ ਹੋ ਜਾਂਦਾ ਅਤੇ ਫਿਰ ਆਪਣੇ ਮਾਲਕ ਦੇ ਉੱਤੇ ਅਟੁੱਟ ਭਰੋਸਾ ਹੋ ਜਾਂਦਾ। ਉਹ ਹੰਕਾਰ ਨਹੀਂ ਕਰਦਾ, ਉਹ ਤਾਂ ਬੁਲਾਇਆ ਬੋਲੀ ਤੇਰਾ, ਉਹਦੇ 'ਤੇ ਸਾਰੇ ਕਰਮ ਹੀ ਉਹਦੇ ਬਣ ਜਾਂਦੇ ਨੇ। ਧੰਨ ਗੁਰੂ ਰਾਮਦਾਸ ਜੀ। ਇਹ ਚੋਰੀ ਕਰਨੀ ਕਿੱਡੀ ਮਾੜੀ ਹੈ ਦੱਸੋ ਮੈਨੂੰ, ਚੋਰੀ ਕਰਨੀ ਗਲਤ ਹੈ ਨਾ? ਗਲਤ ਹੈ ਨਾ? ਪਰ ਭਾਈ ਬਿਧੀ ਚੰਦ ਜੀ ਚੋਰੀ ਕਰਨ ਵਾਸਤੇ ਜਾ ਰਹੇ, ਦੁਸ਼ਾਲੇ ਜਿਹੜੇ ਲੈ ਕੇ ਗਏ ਨੇ, ਜਿਹੜੇ ਉਹਨੇ ਚੁਰਾਏ ਨੇ, ਰੱਖੇ ਨੇ ਆਪਣੇ ਕੋਲ, ਪੱਟੀ ਦੇ ਰਾਜੇ ਨੇ, ਮਹਾਰਾਜ ਦੇ ਹੁਕਮ ਦੇ ਵਿੱਚ ਗਏ ਨੇ ਦੁਸ਼ਾਲੇ ਵਾਪਸ ਲੈਣ ਵਾਸਤੇ, ਹੁਕਮ ਦੇ ਵਿੱਚ, ਭਾਵੇਂ ਨਕਾਬ ਪਾਲਿਆ, ਬੁਰਕਾ ਪਾਲਿਆ, ਆਪਣਾ ਭੇਸ ਬਦਲਿਆ। ਭੇਸ ਬਦਲਿਆ ਕਿਉਂ? ਆਪਣੇ ਆਪ ਨੂੰ ਛੁਪਾਉਣ ਲਈ। ਆਮ ਬੰਦਾ ਜੇ ਇੱਦਾਂ ਕਰੇਗਾ ਉਹ ਤਾਂ ਗਲਤ ਕੰਮ ਹੈ। ਅੰਦਰ ਰੱਖਿਆ ਸੀ ਸ਼ਸਤਰ, ਕਿ ਸ਼ਸਤਰਾਂ ਦੇ ਬਲ ਦੇ ਨਾਲ ਹੁਣ ਉਹ ਦੁਸ਼ਾਲੇ ਹਾਸਲ ਵੀ ਕਰ ਲਏ, ਭਾਵੇਂ ਗੁਰੂ ਦੀ ਅਮਾਨਤ ਸੀ ਉਹ ਆਪਣਾ ਦੁਸ਼ਾਲੇ, ਪਰ ਜਦੋਂ ਗੁਰੂ ਦੇ ਹੁਕਮ ਦੇ ਵਿੱਚ ਆਪਣਾ ਭੇਸ ਬਦਲਿਆ, ਗੁਰੂ ਦੇ ਹੁਕਮ ਦੇ ਵਿੱਚ ਗਏ ਦੁਸ਼ਾਲੇ ਹਾਸਲ ਕਰਨ ਵਾਸਤੇ, ਹੁਣ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਰਾਜਾ ਤਾਂ ਕਹੇਗਾ ਨਾ, ਇਹ ਤਾਂ ਭੇਸ ਬਦਲ ਕੇ ਲੈ ਗਏ ਨੇ ਮੇਰੇ ਕੋਲੋਂ ਦੁਸ਼ਾਲੇ, ਇਹ ਤਾਂ ਧੋਖਾ ਕਰ ਗਏ। ਲੋਕਾਂ ਦੀਆਂ ਨਜ਼ਰਾਂ ਵਿੱਚ ਧੋਖਾ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹ ਧੋਖਾ ਨਹੀਂ ਹੋਇਆ, ਤੂੰ ਮੇਰਾ ਬਚਨ ਮੰਨਿਆ ਅਤੇ ਅੱਜ ਤੋਂ ਫਿਰ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਕਲਗੀਧਰ ਪਿਤਾ ਜੀ ਸ਼ਸਤਰ ਚਲਾਉਂਦੇ ਨੇ ਜੰਗ ਦੇ ਮੈਦਾਨ ਦੇ ਵਿੱਚ, ਤੀਰ ਚਲਾਉਂਦੇ ਨੇ ਤੀਰ। ਲੋਕੀ ਕਹਿਣਗੇ ਮਹਾਰਾਜ ਤੀਰ ਚਲਾਉਂਦੇ, ਪਰ ਸਤਿਗੁਰੂ ਕਹਿੰਦੇ ਮੈਂ ਜੋ ਕੁਝ ਵੀ ਕਰ ਰਿਹਾ, ਭਾਵੇਂ ਉਹ ਨਿਰੰਕਾਰ ਸੀ ਦੱਤੇ ਸੀ, ਪਰ ਸਾਨੂੰ ਪੂਰਨਾ ਪਾ ਕੇ ਸਿਖਾਇਆ, ਕਹਿੰਦੇ ਜੋ ਕੁਝ ਵੀ ਮੈਂ ਕਰ ਰਿਹਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਕਰ ਰਿਹਾ। ਸਾਡੇ ਲਈ ਅਕਾਲ ਪੁਰਖ ਕਲਗੀਆਂ ਵਾਲਾ ਹੀ ਹੈ, ਰੱਬ ਗੁਰੂ ਰਾਮਦਾਸ ਹੀ ਹੈ, ਸੁਣਿਓ। ਪਰ ਮਹਾਰਾਜ ਨੇ ਪੂਰਨਾ ਪਾ ਕੇ ਸਿਖਾਇਆ, ਭਾਵੇਂ ਮੈਂ ਸ਼ਸਤਰ ਚੁੱਕੇ ਨੇ, ਭਾਵੇਂ ਮੈਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਬੈਠਾ, ਆਸਣ ਦੇ ਉੱਤੇ ਬੈਠਾ, ਕੀਮਤੀ ਪੁਸ਼ਾਕਾਂ ਪਾਉਣਾ, ਤਾਂ ਵੀ ਤੇਰਾ ਹੁਕਮ ਸੀ। ਤੇ ਜੇ ਮੈਂ ਅੱਜ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਢੀਮ ਦੇ ਸਰਾਣੇ ਦੇ ਉੱਤੇ ਲੰਮਾ ਪਿਆ, ਤਾਂ ਵੀ ਤੇਰਾ ਹੁਕਮ ਹੈ। ਉਦੋਂ ਵੀ ਮੈਨੂੰ ਨਾ ਕੋਈ ਖੁਸ਼ੀ ਸੀ, ਨਾ ਕੋਈ ਗਮ ਸੀ, ਤੇ ਜਦੋਂ ਮੈਂ ਮਾਛੀਵਾੜੇ ਦੇ ਜੰਗਲਾਂ 'ਚ ਪਿਆ, ਨਾ ਮੈਨੂੰ ਕੋਈ ਖੁਸ਼ੀ ਹੈ, ਨਾ ਕੋਈ ਗਮ। ਹੁਣ ਵੀ ਮੈਂ ਹੋਈ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।